ਬਿਲਕੁਲ ਅਗਰੀ ਕਰਦਾ ਕਿ ਕਈ ਵਾਰ ਪ੍ਰੋਗਰਾਮਸ ਅਨਾਉਂਸ ਹੋ ਜਾਂਦੇ ਆ ਤੇ ਅਸੀਂ ਉਹਦਾ ਫਾਈਨ ਪ੍ਰਿੰਟ ਨਹੀਂ ਪੜ੍ਹਦੇ, ਉਹਦਾ ਪੜ੍ਹਦੇ ਨਹੀਂ ਹੈਗੇ ਕਿ ਡਿਟੇਲਸ ਕੀ ਹੈ, ਤੇ ਅਸੀਂ ਖੁਸ਼ ਹੁੰਦੇ ਕਿ ਇਹ ਹੋ ਗਿਆ ਉਹ ਹੋ ਗਿਆ ਕਿਉਂਕਿ ਸਾਨੂੰ ਦੱਸਦੇ ਨਹੀਂ ਐਗਜ਼ੈਕਟਲੀ ਉੱਪਰ ਜਦੋਂ ਗਵਰਨਮੈਂਟ ਜਦੋਂ ਹੈਡਲਾਈਨ ਕ੍ਰੀਏਟ ਕਰਦੀ ਕਿ ਅਸੀਂ ਮੈਟਰਨਿਟੀ ਲੀਵ ਵਧਾਤੀ ਹੈ, ਉਹ ਸਿਰਫ ਹੈਡਲਾਈਨ ਪੜ੍ਹ ਕੇ ਆਪਾਂ ਖੁਸ਼ ਹੋ ਜਾਂਦੇ, ਅੱਗੇ ਡਿਟੇਲਸ ਉਹਦੀ ਫਰਦਰ ਜਾਣਨ ਦੀ ਨਾ ਕੋਸ਼ਿਸ਼ ਕਰਦੇ ਹਾਂ ਨਾ ਕਈ ਵਾਰ ਪਤਾ ਲੱਗਦਾ। ਮੈਂ ਇੱਕ ਹੋਰ ਵੀ ਸਰੋਤਿਆਂ ਨੂੰ ਗੱਲ ਕਰਦੀ ਹਾਂ ਕਿ ਸਾਡੇ ਖਾਸ ਕਰਕੇ ਪੰਜਾਬੀ ਕਮਿਊਨਿਟੀ ਵਿੱਚ ਨਾ ਜੀ ਪੜ੍ਹਨ ਦਾ ਰੁਝਾਨ ਬਿਲਕੁਲ ਹੈ ਨਹੀਂਗਾ। ਹਾਂਜੀ, ਹੁੰਦਾ ਕੀ ਹੈ ਆਪਣੇ, ਮੈਨੂੰ ਜਿੱਦਾਂ ਤੁਸੀਂ ਕਿਹਾ ਆਪਣੀ ਪੰਜਾਬੀ ਕਮਿਊਨਿਟੀ 'ਚ ਹੋਏਗਾ ਕਿ ਜੇ ਮੈਨੂੰ ਕੋਈ ਇਨਫੋਰਮੇਸ਼ਨ ਲੈਣੀ ਹੋਏਗੀ ਨਾ ਸਤਨਾਮ ਜੀ, ਤਾਂ ਮੈਂ ਇਨਫੋਰਮੇਸ਼ਨ ਜੇ ਮੋਰਗੇਜ ਦੀ ਚਾਹੀਦੀ ਹੈ ਮੈਂ ਤੁਹਾਨੂੰ ਨਹੀਂ ਪੁੱਛਾਂਗਾ, ਮੈਂ ਆਪਣੇ ਗੁਆਂਢੀ ਨੂੰ ਪੁੱਛਾਂਗਾ। ਬਿਲਕੁਲ, ਜੇ ਇੰਸ਼ੋਰੈਂਸ ਦੀ ਚਾਹੀਦੀ ਹੈ ਮੈਂ ਉਹ ਕੋਈ ਮੈਨੂੰ ਨਹੀਂ ਪੁੱਛੇਗਾ, ਉਹ ਕਿਸੇ ਆਪਣੇ ਦੋਸਤ ਨੂੰ ਪੁੱਛੇਗਾ। ਤੁਸੀਂ ਪ੍ਰੋਫੈਸ਼ਨਲਸ ਨੂੰ ਪੁੱਛ ਜਿਹਨਾਂ ਦਾ ਕੰਮ ਹੈਗਾ। ਦੇਖੋ ਐਡਵਾਈਸ ਲੈਣ ਦੀ, ਕੰਸਲਟੇਸ਼ਨ ਦੀ, ਮੈਨੂੰ ਨਹੀਂ ਲੱਗਦਾ ਕੋਈ ਵੀ ਪ੍ਰੋਫੈਸ਼ਨਲ ਕੋਈ ਫੀਸ ਲੈਂਦਾ, ਠੀਕ ਹੈ? ਤੇ ਆਈ ਹੈਵ ਨੋ ਆਈਡੀਆ ਕਿ ਕੋਈ ਵੀ ਜਦ ਕੋਈ ਫੀਸ ਹੈਗੀ ਨਹੀਂ ਕੰਸਲਟੇਸ਼ਨ ਦੀ, ਤੇ ਤੁਸੀਂ ਪ੍ਰੋਫੈਸ਼ਨਲ ਨੂੰ ਕਿਉਂ ਨਹੀਂ ਪੁੱਛਦੇ, ਇਨਸਟੈਡ ਕਿ ਆਪਣੇ ਦੋਸਤ ਨੂੰ ਪੁੱਛੋ, ਆਪਣੇ ਭਰਾ ਨੂੰ ਪੁੱਛੋ, ਗੁਆਂਢੀਆਂ ਨੂੰ ਪੁੱਛੋ, ਸਿੱਧੇ ਪ੍ਰੋਫੈਸ਼ਨਲ ਲਗਾਨ ਕਰੋ, ਕਿਉਂਕਿ ਤੁਹਾਨੂੰ ਐਟਲੀਸਟ ਫਸਟ ਹੈਂਡ ਇਨਫੋਰਮੇਸ਼ਨ। ਕਈ ਵਾਰ ਕੀ ਹੁੰਦਾ ਗੋਇਲ ਸਾਹਿਬ, ਬੜਾ ਵਧੀਆ ਤੁਸੀਂ ਮੁੱਦਾ ਨੂੰ ਟੱਚ ਕੀਤਾ ਵਾ, ਕਈ ਵਾਰ ਹੁੰਦਾ ਕਿ ਬੰਦਾ ਸਾਡਾ ਰੀਅਲ ਸਟੇਟ ਵਾਲਾ ਹੁੰਦਾ, ਹਾਂਜੀ, ਅਤੇ ਉਹ ਪ੍ਰਧਾਨ ਬਣਿਆ ਹੁੰਦਾ ਹਰੇਕ ਚੀਜ਼ 'ਚ, ਵੀ ਸਾਨੂੰ ਮੋਰਗੇਜ ਦਾ ਵੀ ਪਤਾ ਵਾ, ਸਾਨੂੰ ਇੰਸ਼ੋਰੈਂਸ ਦਾ ਵੀ ਪਤਾ ਵਾ, ਲੇਕਿਨ ਸਿਰਫ ਸਾਨੂੰ ਇੰਨਾ ਸੋਚ ਲੈਣਾ ਚਾਹੀਦਾ ਕਿ ਉਸ ਬੰਦੇ ਦੀ ਆਪਦੀ ਇੰਟੀਗ੍ਰਿਟੀ ਕੀ ਹੈ, ਇੰਟੀਗ੍ਰਿਟੀ ਇਨ ਦਾ ਸੈਂਸ ਆਫ ਉਸ ਬਿਜ਼ਨਸ ਪ੍ਰਤੀ। ਦੇਖੋ ਆਪਦੀ ਪਤਾ ਜੋ ਮਰਜ਼ੀ ਹੋਵੇ, ਇਹ ਚੀਜ਼ ਮੈਂ ਤੁਹਾਡੇ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ। ਹੁਣ ਜਿਵੇਂ ਮੈਂ ਇੰਸ਼ੋਰੈਂਸ ਜਾਂ ਇਨਵੈਸਟਮੈਂਟ 'ਚ ਡੀਲ ਕਰਦਾ, ਲੇਕਿਨ ਮੈਨੂੰ ਮੈਂ ਨਾ ਤਾਂ ਰੀਅਲ ਇਸਟੇਟ ਦਾ ਮੇਰੇ ਕੋਲ ਲਾਇਸੈਂਸ ਹੈ, ਨਾ ਮੇਰੇ ਕੋਲ ਮੋਰਗੇਜ ਦਾ ਲਾਇਸੈਂਸ ਹੈ, ਨਾ ਮੇਰੇ ਕੋਲ ਟਰੱਸਟ ਦਾ ਲਾਇਸੈਂਸ ਹੈ, ਨਾ ਮੇਰੇ ਕੋਲ ਬੈਂਕਰਪਸੀ ਫਾਈਲਿੰਗ ਕਰਨ ਦਾ ਲਾਇਸੈਂਸ ਹੈ, ਲੇਕਿਨ ਇਹ ਸਾਰੇ ਕੁਛ ਨਾ ਹੁੰਦੇ ਹੋਏ ਵੀ ਮੈਨੂੰ ਇੱਕ ਜਰਨਲ ਨੌਲੇਜ ਸਾਰੀ ਚੀਜ਼ਾਂ ਦੀ ਹੈਗੀ, ਠੀਕ ਹੈ? ਜਦੋਂ ਮੈਂ ਤੁਹਾਨੂੰ ਕੋਈ ਚੀਜ਼ ਐਡਵਾਈਸ ਕਰਦਾ, ਐਡਵਾਈਸ ਕੀ ਕਰੂੰਗਾ ਮੈਂ, ਸਿਰਫ ਇੰਸ਼ੋਰੈਂਸ ਜਾਂ ਇਨਵੈਸਟਮੈਂਟ, ਬਾਕੀ ਜਿਹੜੀ ਮੋਰਗੇਜ ਹੈਗੀ ਹੈ, ਰੀਅਲ ਇਸਟੇਟ ਹੈ, ਆਈ ਕੈਨ ਗਿਵ ਮਾਈ ਓਨ ਪਰਸਨਲ ਓਪੀਨੀਅਨ, ਆਈ ਕੈਨ ਨੋਟ ਗਿਵ ਯੂ ਐਡਵਾਈਸ, ਸੁਜੈਸ਼ਨ ਜਾਂ ਮੈਂ ਐਡਵਾਈਸ ਨਹੀਂ ਦੇ ਸਕਦਾ ਬਿਕੋਜ਼ ਆਈ ਐਮ ਨੋਟ ਦ ਰੀਅਲ ਪ੍ਰੋਫੈਸ਼ਨਲ। ਸਾਨੂੰ ਇਹ ਚੀਜ਼ ਸਮਝਣੀ ਪੈਣੀ ਹੈ, ਬਹੁਤ ਸਾਰੀ ਚੀਜ਼ਾਂ ਮੋਰਗੇਜ ਦਾ ਮੈਨੂੰ ਇਹ ਪਤਾ ਕਿ ਹਾਂ 5 ਸਾਲ ਦਾ ਰੇਟ ਇਹ ਚੱਲ ਰਿਹਾ, 2 ਸਾਲ ਦਾ ਇਹ ਚੱਲ ਰਿਹਾ, ਫਿਕਸ ਕੀ ਹੁੰਦੀ ਹੈ, ਵੇਰੀਏਬਲ ਕੀ ਹੁੰਦੀ ਹੈ, ਲੇਕਿਨ ਉਹ ਤੁਹਾਡੀ ਸਿਚੁਏਸ਼ਨ ਦੇ ਅਕੋਰਡਿੰਗ ਤੁਹਾਨੂੰ ਕਿਹੜੀ ਮੋਰਗੇਜ ਚਾਹੀਦੀ ਉਹ ਸਿਰਫ ਇੱਕ ਪ੍ਰੋਫੈਸ਼ਨਲ ਹੀ ਦੱਸ ਸਕਦਾ, ਠੀਕ ਹੈ? ਮੈਨੂੰ ਜਰਨਲ ਨੌਲੇਜ ਹੋ ਸਕਦੀ ਹੈ, ਲੇਕਿਨ ਮੇਰੇ ਦੈਟ ਇਜ਼ ਵਾਈ ਇਹ ਸਾਰੇ ਜਿਹੜੇ ਫੀਲਡਸ ਹੈਗੇ ਹੈ, ਮੋਰਗੇਜ ਪ੍ਰੋਫੈਸ਼ਨਲ ਇਜ਼ ਅ ਸੈਪਰੇਟ ਪ੍ਰੋਫੈਸ਼ਨਲ, ਇੰਸ਼ੋਰੈਂਸ ਇਨਵੈਸਟਮੈਂਟ ਸੈਪਰੇਟ ਪ੍ਰੋਫੈਸ਼ਨਲ, ਰੀਅਲ ਇਸਟੇਟ ਸੈਪਰੇਟ ਪ੍ਰੋਫੈਸ਼ਨਲ। ਜੇ ਕੋਈ ਇੱਕ ਬੰਦਾ ਆ ਕੇ ਤੁਹਾਨੂੰ ਕਹਿੰਦਾ ਹੈ ਕਿ ਮੈਂ ਸਾਰੇ ਚੀਜ਼ਾਂ ਵਿੱਚ ਐਕਸਪਰਟ ਹੈਗਾ, ਦੇਰ ਇਜ਼ ਸਮਥਿੰਗ ਰੋਂਗ ਸਮਵੇਅਰ। ਸੋ ਅਗੇਨ ਮੇਰੀ ਹੱਥ ਬੰਨ ਕੇ ਬੇਨਤੀ ਹੈ, ਜੇ ਤੁਹਾਨੂੰ ਕੋਈ ਵੀ ਕੁਐਸਚਨ ਹੁੰਦਾ, ਜਿਸ ਵੀ ਫੀਲਡ ਦਾ ਕੁਐਸਚਨ ਹੁੰਦਾ, ਦੇਰ ਆਰ ਮੈਨੀ ਐਡਵਾਈਜ਼ਰਸ ਐਂਡ ਮੈਨੀ ਪ੍ਰੋਫੈਸ਼ਨਲਸ ਇਨ ਦਾ ਮਾਰਕੀਟ, ਪਲੀਜ਼ ਉਹਨਾਂ ਨੂੰ ਕਾਲ ਕਰਿਆ ਕਰੋ, ਐਂਡ ਆਮ 100% ਸ਼ੋਰ ਨੋਬਡੀ ਹੈਜ਼ ਐਨੀ ਫੀਸ ਫੋਰ ਜਸਟ ਕੰਸਲਟੇਸ਼ਨ। ਸੋ ਇੱਕ ਵਾਰ ਕਾਲ ਕਰਕੇ ਆਪਣੇ ਜਿਹੜੇ ਡਾਊਟਸ ਹੈਗੇ, ਪਹਿਲੀ ਫਸਟ ਹੈਂਡ ਇਨਫੋਰਮੇਸ਼ਨ ਲੈਣਾ ਹਮੇਸ਼ਾ ਜ਼ਰੂਰੀ ਹੈ, ਕਿਉਂਕਿ ਹੁੰਦਾ ਕੀ ਹੈ, ਜਦੋਂ ਤੁਸੀਂ ਇੱਕ ਵਾਰ ਕੁਐਸਚਨ ਪੁੱਛਦੇ ਹੋ, ਇੱਕ ਕੁਐਸਚਨ ਦੇ ਕੁਐਸਚਨ ਤੋਂ ਕੁਐਸਚਨ ਅੱਗੇ ਫਰਦਰ ਨਿਕਲ ਜਾਂਦੇ ਨੇ, ਅਤੇ ਉਹ ਸਿਰਫ ਜਿਹੜੀ ਐਡਵਾਈਸ ਹੈ ਉਹ ਸਿਰਫ ਪ੍ਰੋਫੈਸ਼ਨਲ ਹੀ ਦੇਵੇਗਾ ਅਤੇ ਉਹੀ ਤੁਹਾਡੇ ਉਹ, ਕਿਉਂਕਿ ਪ੍ਰੋਫੈਸ਼ਨਲ ਕੀ ਕਰਦੇ ਨੇ, ਉਹ ਵੀ ਤੁਹਾਨੂੰ ਇੱਦਾਂ ਨਹੀਂ ਕਿ ਤੁਸੀਂ ਇੱਕ ਕੁਐਸਚਨ ਪੁੱਛਿਆ ਤਾਂ ਉਹਨਾਂ ਨੇ ਆਨਸਰ ਦੇ ਦੇਣਾ, ਉਹ ਸਾਰੀ ਚੀਜ਼ ਤੁਹਾਡੀ ਐਨਾਲਾਈਜ਼ ਕਰਦੇ ਨੇ, ਤੁਹਾਡੀ ਲਾਈਫ ਸਿਚੁਏਸ਼ਨ ਕੀ ਹੈ, ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਹੈ, ਤੁਹਾਡਾ ਸਾਈਕੋਲੋਜੀਕਲ ਸਟੇਟ ਕੀ ਹੈ, ਉਸ ਤੋਂ ਬਾਅਦ ਉਹ ਐਡਵਾਈਸ ਕਰ ਸਕਦੇ ਨੇ। ਹਾਂ, ਕੋਈ ਜਨਰਲ ਕੁਐਸਚਨ ਹੈਗਾ, ਜਨਰਲ ਕੁਐਸਚਨ ਤੁਸੀਂ ਕਿਸੇ ਵੀ ਫਾਈਨੈਂਸ਼ੀਅਲ ਪ੍ਰੋਫੈਸ਼ਨਲ ਨੂੰ ਪੁੱਛ ਸਕਦੇ ਹੋ, ਉਹ ਆਪਣੀ ਜਨਰਲ ਨੌਲੇਜ ਦੇ ਬੇਸ ਨਾਲ ਤੁਹਾਨੂੰ ਆਪਣੀ ਓਪੀਨੀਅਨ ਦੇ ਸਕਦਾ, ਲੇਕਿਨ ਕੋਈ ਐਡਵਾਈਸ ਨਹੀਂ ਦੇ ਸਕਦਾ। ਸੋ ਦਿਸ ਇਜ਼ ਅਗੇਨ ਦ ਰਿਕੁਐਸਟ।